ਗੱਲ ਪਿਆ ਇਹ ਕਰਦਾ ਸੀ ਕਿ ਜਿਹੜੀ ਜਿਹੜਾ ਹੈ ਯੂਜ਼ਰ ਇਹ ਨਾ ਕਿ ਮੈਂ ਪਰੇਸ਼ਾਨੀ ਜੀ ਚੱਲਦੀ ਹੈ ਫਿਰ ਸਰ ਜੀ ਤੇ ਪੜਾਈ ਥੋੜਾ ਜਿਹੀ ਨਹੀਂ ਹੋਣੀ ਇਹਦੀ ਇਹ ਗੱਲ ਠੀਕ ਵੀ ਹੈ ਤੇ ਗੱਲ ਬਿਲਕੁਲ ਗਲਤ ਵੀ ਹੈ ਇਹ ਇਹਨਾਂ ਸਵਾਰ ਕਰ ਲੈਣ ਦਾ ਵੀ ਬੜਾ ਮਸਲਾ ਹੁੰਦਾ ਜੀ ਕਦੀ ਤੁਸੀਂ ਮਹਿਸੂਸ ਕੀਤਾ ਹੋਣਾ ਇੱਕ ਬੰਦਾ ਠੀਕ ਠਾਕ ਹੋਵੇ ਚਲੋ ਥੋੜਾ ਜਿਹਾ ਬਾਹਰ ਜਾਇਆ ਗਿਆ ਤੇ ਜਿਸੇ ਡਾਕਟਰ ਕੋਲ ਜਾਏ ਤੇ ਡਾਕਟਰ ਕਵੇ ਉਹਦਾ ਥਰਮਾਮੀਟਰ ਜਾਲਿਆ ਕਰਕੇ ਹੋਏ ਹੋਏ ਹੋ ਤੁਹਾਨੂੰ ਤੇ 101 ਬੁਹਾਰ ਹੈ ਉਹ ਉੱਥੇ ਹੀ ਉੱਠਣ ਜੁਗਾ ਹੀ ਨਹੀਂ ਰਹੇਗਾ ਜੂ ਹੀ ਡਾਕਟਰ ਨੇ ਦੱਸਿਆ ਉਸ ਵਕਤ ਉਹ ਉਣ ਉੱਠਣ ਜੁਵੇ ਨਹੀਂ ਰਿਹਾ ਇਹ ਕਿਸੇ ਚੀਜ਼ ਨੂੰ ਸਵਾਰ ਕਰ ਲੈਣ ਨਾਲ ਵੀ ਬੰਦਾ ਫਿਰ ਉਹ ਬੇਬਸ ਹੋ ਜਾਂਦਾ ਹੈ ਇਸ ਵਾਸਤੇ ਕੋਈ ਟੈਨਸ਼ਨ ਗਮ ਪਰੇਸ਼ਾਨੀ ਤੇ ਲਾਈਫ ਦੇ ਨਾਲ ਨਾਲੇ ਜ਼ਿੰਦਗੀ ਦਾ ਹੁਸਨ ਹੈ ਜ਼ਿੰਦਗੀ ਦਾ ਰੰਗ ਹੈ ਪਤਾ ਹੈ ਕਿੰਈ ਵਾਰੀ ਗਮ ਤੋਂ ਬਾਅਦ ਜਿਹੜੀ ਖੁਸ਼ੀ ਮਿਲਦੀ ਹੈ ਨਾ ਕਦੇ ਸਟੂਡੈਂਟ ਤੁਸੀਂ ਨੋਟ ਕੀਤਾ ਹੋਣਾ ਹੈ ਗਮ ਇਸ ਵਾਸਤੇ ਵੀ ਕਈ ਵਾਰੀ ਆਉਂਦਾ ਹੈ ਜ਼ਮੇਸ਼ ਬਣ ਕੇ ਵੀ ਫਿਰ ਉਸ ਤੋਂ ਬਾਅਦ ਉਹ ਖੁਸ਼ੀ ਦੀ ਸ਼ਕਲ ਬਣ ਜਾਂਦਾ ਹੈ ਇਸ ਵਾਸਤੇ ਘਬਰਾਣਾ ਨਹੀਂ ਹੈ ਤੇ ਸਵਾਰ ਨਹੀਂ ਕਰਨਾ ਟੈਨਸ਼ਨ ਨੂੰ ਠੀਕ ਹੈ ਆਵੇ ਜਾਵੇ ਆਪਣਾ ਜਿਹੜਾ ਮਿਸ਼ਨ ਹੈ ਇੱਕ ਮਕਸਦ ਇੱਕ ਟਾਰਗੇਟ ਹੈ ਉਹ ਤੇ ਇਹ ਨਾ ਛੱਡਣਾ ਦੇਖੋ ਇੱਕ ਸਟੂਡੈਂਟ ਨੇ ਬੜੀ ਸੋਹਣੀ ਗੱਲ ਕੀਤੀ ਉਹਨੇ ਕਿਹਾ ਸਰ ਜੀ ਪਰੇਸ਼ਾਨੀਆਂ ਵੀ ਚਲਦੀਆਂ ਨੇ ਪੀ ਗਮ ਮੁਸ਼ਕਲਾਂ ਵੀ ਆ ਰਹੀਆਂ ਨੇ ਲੇਕਿਨ ਲਾਇਸੈਂਸ ਕਰ ਜਾਣ ਦੀ ਜਿਹੜੀ ਇੱਕ ਖੁਸ਼ੀ ਹੈ ਨਾ ਉਸ ਸਾਰੀਆਂ ਟੈਨਸ਼ਨਾਂ ਤੇ ਆਵੀ ਹੋ ਜਾਂਦੀ ਹੈ ਤੇ ਅੱਜ ਉਹਨਾਂ ਕਿਹਾ ਜੀ ਅੱਜ ਮੈਂ ਲਾਇਸੈਂਸ ਕਰ ਗਿਆ ਹਾਲਾਂਕਿ ਸੋ ਦੁੱਖੜੇ ਵੀ ਨਾਲ ਨੇ ਲੇਕਿਨ ਇਹ ਜਿਹੜੀ ਖੁਸ਼ੀ ਹੈ ਇਹਨਾਂ ਸਾਰਿਆਂ ਦੁੱਖੜਿਆਂ ਤੇ ਇਹ ਛਾ ਗਈ ਇਸ ਵਾਸਤੇ ਲਾਇਸੈਂਸ ਜਿਹੜਾ ਮੋਟਰ ਕੇ ਰੱਖੋ ਹੌਲੀ ਹੌਲੀ ਚਲਦੇ ਰਹੋ ਤੁਹਾਡਾ ਜਦ ਤੱਕ ਕਾਰਡ ਫੂਲ ਯੂਰੋਸ ਆ ਨਹੀਂ ਜਾਂਦਾ ਅਸੀਂ ਤੁਹਾਡੇ ਨਾਲ ਹਾਂ ਤੇ ਗਮ ਕਾਦਾ ਫਿਰ